देश भर में दीपावली का त्यौहार बड़े ही धूमधाम के साथ मनाया जा रहा है। इसी क्रम में दीपावली पर्व के खास मौके पर विधायक अमनदीप कौर अरोड़ा ने मोगा जिले के 25 आंगनवाड़ी वर्करों को दीपावली का खास तोहफा दिया है और अपने दफ्तर में नियुक्ति पत्र बांटे हैं। इस दौरान विधायक डॉक्टर अमनदीप कौर ने कहा कि पंजाब सरकार की तरफ से जो वादे किए गए थे वह वादे पूरे किए जा रहे हैं, जिसके चलते पंजाब सरकार आम लोगों की राहत के लिए ये काम कर रही है। बता दें कि सरकार की ओर से मोगा जिले में 25 आंगनबाड़ी कार्यकर्ताओं को गिफ्ट के तौर पर नियुक्ति पत्र दिए गए हैं। वहीं आंगनबाड़ी कार्यकर्ताओं ने पंजाब सरकार और मोगा विधायक को धन्यवाद देते हुए कहा कि हमें जो जिम्मेदारी सौंपी गई है उसे हम पूरे दिल से निभाएंगे। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਪਹਿਲਾਂ ਤਾਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਔਰ ਸਭ ਤੋਂ ਪਹਿਲਾਂ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡਾਕਟਰ ਬਲਜੀਤ ਕੌਰ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ, ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਸੀਗੇ ਕਿ ਅਸੀਂ ਯੂਥ ਨੂੰ ਜਿਹੜੇ ਹੈਗੇ ਆ ਉਹ ਰੁਜ਼ਗਾਰ ਦੇਵਾਂਗੇ, ਨੌਕਰੀਆਂ ਦੇਵਾਂਗੇ, ਤੋ ਅੱਜ ਬਹੁਤ ਹੀ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਕਿ ਅੱਜ ਸਾਡੇ ਮੋਗਾ ਵਿਖੇ ਜਿਹੜੇ ਆਂਗਨਵਾੜੀ ਵਰਕਰ ਅਤੇ ਹੈਲਪਰਸ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਆ। ਸਾਡੇ ਟੋਟਲ 25 ਜਿਹੜੀਆਂ ਮੇਰੀਆਂ ਭੈਣਾਂ ਹੈਗੀਆਂ ਨੇ, ਅੱਜ ਇਹਨਾਂ ਨੂੰ ਰੁਜ਼ਗਾਰ ਮਿਲਿਆ, ਤੋ ਉਸਦੇ ਲਈ ਵੀ ਮੈਂ ਮਾਣਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਡਾਕਟਰ ਬਲਜੀਤ ਕੌਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੰਤਰੀ ਸਾਹਿਬ ਦਾ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਪੰਜਾਬ ਸਰਕਾਰ ਜੀ ਦੇ ਨਿਰਦੇਸ਼ਾਂ ਅਨੁਸਾਰ ਅੱਜ MLA ਮੈਮ ਜੀ MLA ਮੈਮ ਮੋਗਾ ਜੀ ਦੀ ਰਹਿਨੁਮਾਈ ਹੇਠ 25 ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਹ ਬਹੁਤ ਹੀ ਵਧੀਆ ਪੰਜਾਬ ਸਰਕਾਰ ਦਾ ਉਪਰਾਲਾ ਹੈ। ਇਸ ਨਾਲ ਸਾਡੇ ਦਫ਼ਤਰਾਂ ਵਿੱਚ ਜਾਂ ਸਾਡੇ ਆਂਗਨਵਾੜੀ ਵਰਕਰਸ ਜਿਹੜੀਆਂ ਇੰਨੀਆਂ ਖਾਲੀ ਸੀਟਾਂ ਪਈਆਂ ਸੀਗੀਆਂ ਉਹ ਅੱਜ ਫਿੱਲ ਹੋ ਰਹੀਆਂ ਨੇ, ਅਤੇ ਇਹ ਸਾਰੇ ਜਿਹੜੇ ਆਂਗਨਵਾੜੀ ਵਰਕਰ ਹੈਲਪਰਸ ਨੇ ਸਾਡੇ ICDS ਫੈਮਿਲੀ ਦਾ ਇੱਕ ਹਿੱਸਾ ਬਣ ਜਾ ਰਹੇ ਨੇ। ਹਾਂਜੀ, ਸਭ ਤੋਂ ਪਹਿਲਾਂ ਤਾਂ ਮੈਂ ਮੈਮ ਦਾ MLA ਮੈਮ ਦਾ ਥੈਂਕ ਯੂ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਦੀਵਾਲੀ ਦੇ ਸਮੇਂ 'ਤੇ ਇਹ ਤੋਹਫਾ ਦਿੱਤਾ। ਬਹੁਤ ਬਹੁਤ ਧੰਨਵਾਦ ਮੈਮ ਦਾ, ਔਰ ਭਗਵੰਤ ਮਾਨ ਸਰ ਦਾ ਵੀ ਅਸੀਂ ਥੈਂਕ ਯੂ ਕਰਦੇ ਹਾਂ, ਕਿਉਂਕਿ ਉਹਨਾਂ ਨੇ ਨਰੋਲ ਭਰਤੀ ਕਰਕੇ ਜੋ ਸਾਡਾ ਮਾਣ ਵਧਾਇਆ, ਅਸੀਂ ਵੀ ਉਹਨਾਂ ਦੇ ਇਸੇ ਕੰਮ ਨੂੰ ਚਲਾਉਂਦੇ ਹੋਏ ਅਸੀਂ ਵੀ ਪੂਰੀ ਇਮਾਨਦਾਰੀ ਦੇ ਨਾਲ ਆਪਣਾ ਜ਼ਿੰਮੇਵਾਰੀ ਨੂੰ ਖੂਬ ਨਿਭਾਵਾਂਗੇ।